ਪਾਵਰਕੌਮ ਪਟਿਆਲਾ ਦੇ ਦਫ਼ਤਰ ਦੇ ਮੂਹਰੇ ਜਾ ਕੇ ਇੱਕ ਵੱਡਾ ਪ੍ਰੋਟੈਸਟ ਕਰਨਾ ਹੈ ਤਾਂ ਕਿ ਸਾਡੀਆਂ ਮੰਗਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ, ਸਾਡੀਆਂ ਮੰਗਾਂ ਦੀ ਜਾਣਕਾਰੀ ਪਾਵਰਕੌਮ ਨੂੰ, ਸਾਡੀਆਂ ਮੰਗਾਂ ਦੀ ਜਾਣਕਾਰੀ ਸਰਕਾਰ ਨੂੰ ਦਿੱਤੀ ਜਾ ਸਕੇ ਤੇ ਇਹਨਾਂ ਨੂੰ ਹੱਲ ਕਰਵਾਇਆ ਜਾ ਸਕੇ। ਇਹਦੇ ਵਿੱਚ ਬਹੁਤ ਸਾਰੀਆਂ ਅਹਿਮ ਮੰਗਾਂ ਨੇ ਦੋਸਤੋ। ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰਾ ਖਿਆਲ ਪੂਰਾ ਪੰਜਾਬ ਇਸ ਗੱਲ ਨੂੰ ਸਮਝ ਰਿਹਾ ਹੈ, ਦੁਹਾਈ ਮੱਚੀ ਹੋਈ ਹੈ ਕਿ ਪਾਵਰਕੌਮ ਵਾਲੇ ਤੁਹਾਡੇ ਘਰਾਂ ਦੇ ਜਿਹੜੇ ਮੀਟਰ ਲੱਗੇ ਹੋਏ ਨੇ ਉਹਨਾਂ ਨੂੰ ਬਦਲ ਕੇ ਅੱਜ ਉੱਥੇ ਸਮਾਰਟ ਮੀਟਰ ਚਿੱਪ ਵਾਲੇ ਮੀਟਰ ਲਾਉਣ ਦਾ ਪੂਰਾ ਯਤਨ ਕਰ ਰਹੇ ਨੇ, ਪੂਰੀ ਕੋਸ਼ਿਸ਼ ਕਰ ਰਹੇ ਨੇ, ਪੂਰਾ ਜ਼ੋਰ ਲਾ ਰਹੇ ਨੇ। ਇਹ ਆ ਕਿ ਬਿਲਕੁਲ ਚਿੱਪ ਵਾਲੇ ਮੀਟਰ ਲਾਉਣ ਦਾ ਅਸੀਂ ਵਿਰੋਧ ਕਰਦੇ ਹਾਂ। ਇਹ ਸਪਸ਼ਟ ਹੈ ਕਿ ਇਹ ਜਿਹੜੀ ਨੀਤੀ ਦੀ ਜਿਹੜੇ ਕਾਨੂੰਨ ਦਾ ਅਸੀਂ ਵਿਰੋਧ ਕਰਕੇ ਆਏ ਹਾਂ ਇਹ ਉਸੇ ਕਾਨੂੰਨ ਨੂੰ ਬੈਕ ਡੋਰ ਤੋਂ ਲਾਗੂ ਕਰਨ ਦਾ ਇੱਕ ਯਤਨ ਹੈ ਔਰ ਇਹਨੂੰ ਕਤਈ ਬਰਦਾਸ਼ਤ ਨਹੀਂ ਕਰਾਂਗੇ। ਦੂਸਰੀ ਗੱਲ ਕਿ ਬਹੁਤ ਸਾਰੇ ਸਾਡੇ ਕਿਸਾਨ ਵਿਚਾਰੇ ਅਜਿਹੇ ਨੇ ਜਿਨ੍ਹਾਂ ਨੂੰ ਹਜੇ ਤੱਕ ਕਨੈਕਸ਼ਨ ਨਹੀਂ ਮਿਲੇ, ਉਹਨਾਂ ਨੂੰ ਕਨੈਕਸ਼ਨ ਦਵਾਉਣੇ ਨੇ ਔਰ ਜਿਹੜੇ ਸਾਡੇ ਜਨਰਲ ਕੈਟੇਗਰੀ ਦੇ ਕਨੈਕਸ਼ਨ ਨੇ ਉਹ ਨੱਪ ਕੇ ਬੈਠਾ ਬਿਜਲੀ ਬੋਰਡ ਔਰ ਵੱਖ ਵੱਖ ਸਕੀਮਾਂ ਦੇ ਤਹਿਤ ਪਿਛਲੇ ਲੰਬੇ ਸਮੇਂ ਚ ਕਿਸਾਨਾਂ ਨੂੰ ਲੁੱਟਿਆ ਗਿਆ। ਸਸਤੇ ਬਿਜਲੀ ਦੇ ਕਨੈਕਸ਼ਨ ਮਿਲਣ ਵਾਲਾ ਜਿਹੜਾ ਪ੍ਰੋਸੈਸ ਸੀਗਾ ਜਨਰਲ ਕੈਟੇਗਰੀ ਵਾਲਿਆਂ ਨੂੰ ਬੰਦ ਕਰਕੇ ਰੱਖਿਆ ਔਰ ਹੋਰ ਤਰੀਕਿਆਂ ਦੇ ਨਾਲ ਬਿਜਲੀ ਦੇ ਕਨੈਕਸ਼ਨ ਦਿੰਦੇ ਰਹੇ। ਕਦੇ ਕੋਈ ਓਵਾਈਟੀ ਦੀ ਸਕੀਮ ਕਰਤੀ, ਕਦੇ ਸਿੰਗਲ ਪੋਲ ਦੀ ਸਕੀਮ ਕਰਤੀ, ਕਦੇ ਤੁਹਾਨੂੰ ਇਹ ਕਿਹਾ ਕਿ ਜਾ ਕੇ ਚੇਅਰਮੈਨ ਦੇ ਕੋਟੇ ਚੋਂ ਕਨੈਕਸ਼ਨ ਲੈ ਲਓ। ਇਸ ਤਰੀਕੇ ਨਾਲ ਤੁਹਾਨੂੰ ਲੁੱਟਿਆ, ਪੈਸੇ ਭਰਵਾਏ ਗਏ, ਬਹੁਤ ਸਾਰੇ ਲੋਕਾਂ ਤੋਂ ਪੈਸੇ ਭਰਵਾ ਕੇ ਰੱਖੀ ਬੈਠੇ ਨੇ, ਫਿਰ ਦੁਬਾਰਾ ਉਹਨਾਂ ਨੂੰ ਕਨੈਕਸ਼ਨ ਤੱਕ ਵੀ ਨਹੀਂ ਦਿੱਤੇ ਗਏ। ਔਰ ਇਹ ਮਸਲਾ ਬੜਾ ਅਹਿਮ ਹੈ, ਇਹਨੂੰ ਲੈ ਕੇ ਆਪਾਂ ਇਹ ਮੰਗ ਵੱਡੀ ਹੈ ਨਾਲ ਜਿਹੜੀ ਅਸੀਂ ਲੈ ਕੇ ਸ਼ੁਰੂ ਕਰ ਰਹੇ ਹਾਂ। ਅਗਲੀ ਜਿਹੜੀ ਗੱਲ ਹੈ ਦੋਸਤੋ ਕਿ ਦੇਖੋ ਇਹਨਾਂ ਵੱਲੋਂ ਪਾਵਰਕੌਮ ਵੱਲੋਂ ਜਦੋਂ ਤੁਹਾਡਾ ਟਿਊਬਵੈਲ ਖਰਾਬ ਹੁੰਦਾ ਇੱਧਰ ਉੱਧਰ ਜਾ ਕੇ ਆਪਦੀ ਮੋਟਰ ਦਾ ਕਨੈਕਸ਼ਨ ਲਾਉਣਾ ਪੈਂਦਾ ਤਾਂ ਉਹ ਖਰਾਬ ਟਿਊਬਵੈਲ ਹੋਣ ਦੇ ਹਾਲਾਤਾਂ ਦੇ ਵਿੱਚ ਤੁਸੀਂ ਹੋਰ ਪਾਸੇ ਕਰਕੇ ਲੈ ਜਾਂਦੇ ਹੋ ਤੇ ਜਦੋਂ ਫਿਰ ਉੱਥੇ ਆਪਦਾ ਕਨੈਕਸ਼ਨ ਲੈ ਕੇ ਜਾਂਦੇ ਹੋ ਉਹ ਤੁਹਾਡੇ ਕਨੈਕਸ਼ਨ ਨੂੰ ਨਾਜਾਇਜ਼ ਕਹਿ ਕੇ ਚੋਰੀ ਬਿਜਲੀ ਕਹਿ ਕੇ ਵੱਡੇ ਵੱਡੇ ਜੁਰਮਾਨੇ ਪਾਉਂਦੇ ਨੇ। ਇਹ ਆ ਸਾਡੀ ਮੰਗ ਹੈ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਜਿੱਥੇ ਮਰਜ਼ੀ ਆਪਦਾ ਕਨੈਕਸ਼ਨ ਲਿਜਾ ਸਕਦਾ ਹੋਵੇ। ਇਹ ਮੰਗਾਂ ਨੇ, ਇਹ ਇੱਥੇ ਨਹੀਂ ਗੱਲ ਮੁੱਕਦੀ, ਹੋਰ ਬਹੁਤ ਸਾਰੇ ਮਸਲੇ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਪੂਰੇ ਪੰਜਾਬ ਚ ਵੱਖ ਵੱਖ ਅਧਿਕਾਰੀਆਂ ਵੱਲੋਂ ਵੱਖ ਵੱਖ ਸਮਿਆਂ ਤੇ ਕਿਸਾਨਾਂ ਨੂੰ ਕਨੈਕਸ਼ਨ ਦਿੱਤੇ ਗਏ ਔਰ ਜਿਹੜੇ ਉਹ ਕਨੈਕਸ਼ਨ ਦਿੱਤੇ ਗਏ ਵੱਖ ਵੱਖ ਅਧਿਕਾਰੀਆਂ ਵੱਲੋਂ ਔਰ ਉੱਥੋਂ ਦੇ ਦਲਾਲਾਂ ਨਾਲ ਮਿਲ ਕੇ ਕਿਸਾਨ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਗਾ ਕਿ ਸਾਡੇ ਨਾਲ ਠੱਗੀ ਵੱਜ ਰਹੀ ਹੈ ਔਰ ਪਾਵਰਕੌਮ ਦੇ ਅਧਿਕਾਰੀਆਂ ਨੇ ਉਹ ਜਿਹੜੇ ਕਨੈਕਸ਼ਨ ਦਿੱਤੇ ਪਤਾ ਨਹੀਂ ਕਿੱਥੋਂ ਸਮਾਨ ਚੁਕਾਇਆ, ਕੀ ਕੀਤਾ, ਕਿਵੇਂ ਕੀਤਾ, ਕਿਸਾਨਾਂ ਤੋਂ ਪੈਸੇ ਲਏ, ਕਨੈਕਸ਼ਨ ਚਾਲੂ ਕਰਤਾ। ਪਰ ਦੂਜੇ ਪਾਸੇ ਸਾਡੇ ਉਹਨਾਂ ਹੀ ਕਿਸਾਨਾਂ ਨੂੰ ਅੱਜ ਇਹ ਕਿਹਾ ਜਾ ਰਿਹਾ ਕਿ ਜਾਲੀ ਕਨੈਕਸ਼ਨ ਨੇ, ਹਾਲਾਂਕਿ ਕਿਸਾਨ ਨੇ ਪੈਸੇ ਭਰੇ ਹੋਏ ਨੇ। ਉਹਨਾਂ ਕਿਸਾਨਾਂ ਦਾ ਕੀ ਕਸੂਰ ਆ ਭਾਈ? ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਮੋਟਰਾਂ ਦੇ ਕਨੈਕਸ਼ਨ ਰੈਗੂਲਰ ਕੀਤੇ ਜਾਣ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਏ ਜਿਨ੍ਹਾਂ ਨੇ ਇੱਕ ਘਬਲਾਬਾਜ਼ੀ ਕੀਤੀ, ਨਾਲੇ ਕਿਸਾਨ ਨੂੰ ਦਾ ਨੁਕਸਾਨ ਕੀਤਾ, ਹਨੇਰੇ ਚ ਰੱਖਿਆ, ਨਾਲੇ ਪਾਵਰਕੌਮ ਨੂੰ ਮਤਲਬ ਚੂਨਾ ਲਾਇਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਪਾਵਰਕੌਮ ਦੇ ਦਫ਼ਤਰ ਦੇ ਮੂਹਰੇ ਧਰਨਾ ਦੇਣਾ। ਇੱਕ ਬਹੁਤ ਵੱਡੀ ਮੰਗ ਹੈ ਕਿ ਦੇਖੋ ਲੈਣਾ ਬਹੁਤ ਪੁਰਾਣੀਆਂ ਹੋ ਗਈਆਂ, ਲੰਬੀਆਂ ਵੀ ਹੋ ਗਈਆਂ, ਉਹਨਾਂ ਦੀ ਮੈਂਟੇਨੈਂਸ ਨਹੀਂ ਹੋਈ, ਲੋਕਾਂ ਦੀਆਂ ਗਲਾਂ ਦੇ ਵਿੱਚ ਤਾਰਾਂ ਪੈਂਦੀਆਂ ਨੇ, ਲੋਕਾਂ ਦੀਆਂ ਕੰਬਾਈਨਾਂ ਤਾਰਾਂ ਦੇ ਵਿੱਚ ਫਸ ਜਾਂਦੀਆਂ, ਟਰੈਕਟਰ ਤਾਰਾਂ ਚ ਫਸ ਜਾਂਦੇ ਆ,
ਉਹ ਸਾਰੀਆਂ ਦੀਆਂ ਸਾਰੀਆਂ ਲਾਈਨਾਂ ਦੀ ਮੈਂਟੇਨੈਂਸ ਕਰਵਾਉਣੀ ਔਰ ਤਾਰਾਂ ਨੂੰ ਛੋਟਿਆਂ ਕਰਨਾ, ਜਾਂ ਜਿਵੇਂ ਮਤਲਬ ਇੱਕ ਇੱਕ ਸਿੰਗਲ ਪੋਲ ਦੇ ਉੱਤੇ ਟਰਾਂਸਫਾਰਮਰ ਲਾ ਦਿੰਦੇ ਹੈ, ਉਹ ਟਰਾਂਸਫਾਰਮਰ ਵੀ ਡਿੱਗਦਾ, ਸਿੰਗਲ ਪੋਲ ਵੀ ਟੁੱਟਦਾ, ਔਰ ਕਿਸਾਨ ਦੀ ਕਿੰਨੇ ਕਿੰਨੇ ਦਿਨ ਮਤਲਬ ਮੁੜ ਕੇ ਸਪਲਾਈ ਨਹੀਂ ਚਾਲੂ ਹੁੰਦੀ, ਔਰ ਉਹਨੂੰ ਠੀਕ ਕਰਵਾਉਣਾ, ਜਾਂ ਜਿਹੜੇ ਟਰਾਂਸਫਾਰਮਰ ਖੇਤਾਂ ਦੇ ਵਿਚਾਲੇ ਲੱਗੇ ਉਹਨਾਂ ਨੂੰ ਕਢਾ ਕੇ ਬਾਹਰ ਲੈ ਕੇ ਆਉਣਾ, ਜਾਂ ਬਹੁਤ ਸਾਰੇ ਜਿਹੜੀਆਂ ਲਾਈਨਾਂ ਲੋਕਾਂ ਦੇ ਮਕਾਨਾਂ ਦੇ ਉੱਤੋਂ ਹੀ ਲੰਘ ਰਹੀਆਂ ਨੇ, ਲੋਕਾਂ ਦੇ ਪਲਾਟਾਂ ਦੇ ਉੱਤੋਂ ਹੀ ਲੰਘ ਰਹੀਆਂ ਨੇ, ਲੋਕਾਂ ਦੇ ਜਿੱਥੇ ਕਿਤੇ ਦਰਖਤ ਲਾਏ ਹੋਏ ਨੇ, ਜਿੱਥੇ ਕਿਤੇ ਜੰਗਲਾਤ ਲਾਇਆ ਹੋਇਆ ਉਹਦੇ ਵਿੱਚ ਦੀ ਲਾਈਨਾਂ ਲੰਘ ਰਹੀਆਂ ਨੇ, ਉਹਨਾਂ ਲਾਈਨਾਂ ਨੂੰ ਪਾਸੇ ਕਰਨਾ ਪਾਵਰਕੌਮ ਦੀ ਜ਼ਿੰਮੇਵਾਰੀ, ਇਹਨਾਂ ਨੇ ਬਿਜਲੀ ਦਿੱਤੀ ਹੈ ਲੋਕਾਂ ਨੂੰ, ਇਹ ਕੋਈ ਇਹਨਾਂ ਨੂੰ ਜ਼ਮੀਨ ਨਹੀਂ ਬੈਅ ਕਰਤੀ ਲੋਕਾਂ ਨੇ ਕਿ ਉੱਥੇ ਕੋਈ ਆਪਦੇ ਦਰਖਤ ਨਾ ਲਾਵੇ, ਉੱਥੇ ਆਪਦਾ ਘਰ ਨਾ ਪਾਵੇ, ਉੱਥੇ ਆਪਦਾ ਕੋਈ ਹੋਰ ਪ੍ਰੋਜੈਕਟ ਨਾ ਲਾਵੇ। ਸੋ ਇਸ ਲਈ ਬਿਜਲੀ ਪਾਵਰਕੌਮ ਦੀ ਜ਼ਿੰਮੇਵਾਰੀ ਬਣਦੀ, ਉਹਨਾਂ ਨੂੰ ਬਾਹਰ ਕੱਢੇ ਆਪਦੀਆਂ ਨੂੰ, ਉੱਥੇ ਸੈਂਕੜੇ ਥਾਵਾਂ ਦੇ ਉੱਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਦੋਸਤੋ ਹੋਰ ਬੜੀਆਂ ਸਮੱਸਿਆਵਾਂ ਨੇ, ਕੁੱਲ ਮਿਲਾ ਕੇ ਇਹ ਆਪਣੀਆਂ 21 ਦੇ ਕਰੀਬ ਮੰਗਾਂ ਨੇ ਜਿਹੜੀਆਂ SKM ਗੈਰ ਰਾਜਨੀਤਿਕ ਨੇ ਸਿਲੈਕਟ ਕੀਤੀਆਂ ਨੇ, ਉਹ ਸਾਰੀਆਂ ਦੀ ਅਗਰ ਆਪਾਂ ਬੋਲਾਂਗੇ ਤਾਂ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ। ਸੋ ਮੇਰੀ ਬੇਨਤੀ ਹੈ ਇਹ 21 ਮੰਗਾਂ ਦਾ ਅਸੀਂ ਪ੍ਰੈਸ ਦੇ ਵਿੱਚ ਦੇਵਾਂਗੇ, ਸਾਰੀਆਂ ਦੀਆਂ ਸਾਰੀਆਂ ਮੰਗਾਂ ਪ੍ਰੈਸ ਦੇ ਵਿੱਚ ਅਖਬਾਰਾਂ ਦੇ ਵਿੱਚ ਕੱਲ੍ਹ ਤੱਕ ਆ ਜਾਣਗੀਆਂ। ਸੋ ਸਾਡੀ ਬੇਨਤੀ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਆਪਾਂ 8 ਤਰੀਕ ਨੂੰ ਸਾਰੇ ਮੇਰੇ ਵੀਰਾਂ ਨੇ ਕੋਈ ਵੀ ਘਰੇ ਨਾਲ ਬੈਠਾ ਰਹੇ ਜਿਹੜੇ ਚਾਹੁੰਦੇ ਨੇ ਕਿ ਇਹ ਮਸਲਿਆਂ ਦਾ ਹੱਲ ਹੋਵੇ, ਪਾਵਰਕੌਮ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਲਈ ਕ੍ਰੀਏਟ ਕਰ ਰਿਹਾ, ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇ, ਉਹਨਾਂ ਮੇਰੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ 8 ਜੂਨ ਦਾ ਦਿਨ ਆ ਜਿਹੜਾ, ਉਹ ਦਿਨ ਨੂੰ ਤੁਸੀਂ ਪੂਰਾ ਯਤਨ ਲਾਉਣਾ, ਸਾਰੇ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਔਰ ਹੋਰ ਵੀ ਕਿਸਾਨ ਜਿਹੜੇ ਚਾਹੁੰਦੇ ਨੇ ਕਿ ਸਾਡੇ ਇਹ ਮਸਲਿਆਂ ਦਾ ਹੱਲ ਹੋਵੇ, ਉਹਨਾਂ ਸਭ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ ਕਿ ਦੋਸਤੋ ਤਕੜੇ ਹੋ ਕੇ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕਰੋ, ਤਾਂ ਕਿ ਸਰਕਾਰ ਦੇ ਕੋਲੋਂ ਔਰ ਪਾਵਰਕੌਮ ਦੇ ਕੋਲੋਂ ਜਿਹੜੀ ਲਗਾਤਾਰ ਧੱਕੇਸ਼ਾਹੀ ਸਾਡੇ ਨਾਲ ਹੋ ਰਹੀ ਹੈ ਇਹਨੂੰ ਆਪਾਂ ਮਨਾ ਸਕੀਏ। ਪਿਛਲੇ ਸਮੇਂ ਦੇ ਵਿੱਚ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ, ਮੰਨ ਕੇ ਉਹਨਾਂ ਦਾ ਅਜੇ ਤੱਕ ਇਹਨਾਂ ਨੇ ਨੋਟੀਫਿਕੇਸ਼ਨ ਤੱਕ ਨਹੀਂ ਜਾਰੀ ਕੀਤਾ। ਬਹੁਤ ਵਾਰੀ ਮੀਟਿੰਗਾਂ ਕਰ ਲਈਆਂ, ਕਦੇ ਚੇਅਰਮੈਨ ਨਾਲ ਮੀਟਿੰਗ ਕਰਦੇ ਹਾਂ, ਕਦੇ ਸਰਕਾਰ ਨਾਲ ਮੀਟਿੰਗ ਕਰਦੇ ਹਾਂ, 18 ਮਈ ਤੋਂ ਲੈ ਕੇ ਅੱਜ ਤੱਕ ਮੀਟਿੰਗਾਂ ਦਾ ਦੌਰ ਬਹੁਤ ਚੱਲਿਆ ਔਰ ਇਹ ਸਾਰੀਆਂ ਦੀਆਂ ਸਾਰੀਆਂ ਮੰਗਾਂ ਉਦੋਂ ਤੋਂ ਲੈ ਕੇ ਹੁਣ ਤੱਕ ਪਾਵਰਕੌਮ ਦੇ ਮੂਹਰੇ ਰੱਖਦੇ ਆਏ ਹਾਂ ਔਰ ਨਹੀਂ ਇਹਨਾਂ ਦਾ ਹੱਲ ਕੀਤਾ ਹਜੇ ਤੱਕ। ਔਰ ਇੱਥੋਂ ਤੱਕ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਸਰਕਾਰ ਦੇ ਨਾਲ, ਉਹਦੇ ਵਿੱਚ ਪਾਵਰਕੌਮ ਨੇ ਜਾਣਾ ਹੀ ਵਾਜਬ ਨਹੀਂ ਸਮਝਿਆ, ਫਿਰ ਆਪਣੀ ਮਜਬੂਰੀ ਹੈ ਦੋਸਤੋ, ਉੱਥੇ ਜਾ ਕੇ ਦੱਸੀਏ ਭਾਈ ਕਿ ਸਾਡੀਆਂ ਆਹ ਜਿਹੜੀਆਂ ਸਮੱਸਿਆਵਾਂ ਨੇ ਇਹ ਸਾਡੀਆਂ ਹੱਲ ਕਰੋ, ਆਹ ਤੁਹਾਡੇ ਬਾਰ ਚ ਬੈਠੇ ਆ, ਜਦੋਂ ਹੱਲ ਕਰ ਦੋਗੇ ਉਦੋਂ ਉੱਠ ਕੇ ਚਲੇ ਜਾਵਾਂਗੇ।